ਸੰਗਰੂਰ ਜ਼ਿਲ੍ਹੇ ਦਾ ਪਿੰਡ ਮੰਡਵੀ। ਇੱਕੋ ਪਿੰਡ ਵਿੱਚ ਲਾਟਰੀ ਨਿਕਲਣ ਨਾਲ ਦੋ ਬਣੇ ਕਰੋੜਪਤੀ। ਮਨੋਜ ਕੁਮਾਰ ਦਾ ਸਾਲ 2018 ਵਿੱਚ 1.5 ਕਰੋੜ ਦਾ ਰੱਖੜੀ ਬੰਪਰ ਨਿਕਲਿਆ ਤਾਂ ਦਲਵੀਰ ਸ਼ਰਮਾ ਦਾ ਸਾਲ 2015 ਵਿੱਚ 2.25 ਕਰੋੜ ਦਾ ਲੋਹੜੀ ਬੰਪਰ ਨਿਕਲਿਆ ਸੀ। ਮਤਲਬ ਪਰੇਸ਼ਾਨੀਆਂ ਨਾਲ ਹੀ ਟਾਈਮ ਪਾਸ ਕਰਦੇ ਸੀ, ਹੁਣ ਵਧੀਆ ਆਪਣੀ ਲਾਈਫ ਵਧੀਆ ਜੀਵਾਂਗੇ, ਆਪਣੇ ਬੱਚੇ ਨੂੰ ਵਧੀਆ ਪੜ੍ਹਾਵਾਂਗੇ। ਜ਼ਮੀਨ ਲੈ ਲਈ ਜੀ, ਕਿਸੇ ਦੇ ਥੱਲੇ ਕੰਮ ਕਰਦੇ ਸੀ, ਰੋਹਬ ਨਾਲ ਕੰਮ ਕਰਾਉਂਦਾ ਸੀ ਅਗਲਾ, ਹੁਣ ਵਧੀਆ ਆਪਣਾ ਕਰਿਆ। ਵੱਡੀ ਗੁੱਡੀ ਦਾ ਤਾਂ ਵਿਆਹ ਕਰਤਾ ਜੀ, ਲੈਟਰੀ ਵਾਲੇ ਪੈਸੇ ਨਾਲ ਹੀ ਵਿਆਹ ਕੀਤਾ ਜੀ। ਇੱਕ ਤੋਂ ਆਪਣੀ ਦੁਕਾਨ ਲੈ ਲਈ ਜੀ, ਪਹਿਲਾਂ ਕਿਰਾਇਆ ਲੈ ਕਰਦਾ ਜੀ, ਆਪਣੀ ਖੁਦ ਦੀ ਦੁਕਾਨ ਕਰ ਲਈ ਜੀ। ਹੁਣ ਆਪਣਾ ਪਹਿਲਾਂ ਕਿਰਾਇਆ ਦੇ ਕਰਦੇ 2000 ਰੁਪਏ ਮਹੀਨਾ ਦੇ ਕਰਦਾ ਜੀ, ਇਹ ਕੋਈ ਟੈਨਸ਼ਨ ਨਹੀਂ, ਆਪਣੇ ਆਪਣੀ ਦੁਕਾਨ ਖੁਦ ਹੀ ਕਰਦੀ, ਔਰ ਆਪਣਾ ਬੱਚਿਆਂ ਦਾ ਵਾਸਤੇ ਵੀ ਭਵਿੱਖ ਵਾਸਤੇ ਵੀ ਆਪਣਾ ਕੁਛ ਪੈਸੇ ਜਮ੍ਹਾਂ ਕਰਾ ਦਈਏ ਬੱਚਿਆਂ ਦੇ, ਵੀ ਆਪਾਂ ਕੋਈ ਦਿੱਕਤ ਨਹੀਂ, ਅੱਗੇ ਪੜ੍ਹਾਈ ਮੈਂ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਨੂੰ। ਮਕਾਨ ਬਣਾਇਆ ਜੀ, ਆਪਣਾ ਖੁਦ ਦੀ ਕੋਠੀ ਬਣਾਈ ਜੀ ਵਧੀਆ। ਖਬਰ ਆਈ ਜੀ ਸਵੇਰੇ ਮੇਰੇ ਕੋਲ ਫੋਨ ਆਇਆ ਚਲੋ ਡਾਕਖਾਨੇ 'ਚੋਂ ਵੀ ਤੁਹਾਡਾ ਫਸਟ ਪ੍ਰਾਈਜ਼ ਨਿਕਲਿਆ ਜੀ, ਜਦੋਂ ਮੇਰੀ ਇੱਕਦਮ ਘਬਰਾਹਟ ਸੀ ਹੋਈ ਥੋੜ੍ਹਾ ਦਿਲ ਨੂੰ ਜੀ, ਵੀ ਖੁਸ਼ੀ ਮਹਿਸੂਸ ਨਹੀਂ ਜ਼ਿਆਦਾ ਹੋ ਗਈ ਨਾ, ਖੁਸ਼ੀ ਇੱਕਦਮ ਬਰਦਾਸ਼ਤ ਨਹੀਂ ਹੋਈ, ਮੈਂ ਫਿਰ ਸੈਟਲ ਡਾਊਨ ਕਰਕੇ ਘਰ ਤੁਰ ਗਿਆ ਜੀ ਬੱਚਿਆਂ ਕੋਲ।